अगली खबर की ओर। श्री जी कृपा मंडल द्वारा भगवान श्री कृष्ण के प्राकट्य महोत्सव नौका विहार महाउत्सव एवं हरियाली तीज पर केंद्रित 3 दिवसीय संगीतमय कार्यक्रम का आयोजन बस्सी पठाना के अग्रवाल धर्मशाला में किया गया, जिसमें पहले और दूसरे दिन श्री रविनंदन शास्त्री जी महाराज, श्री वृंदावन धाम वाले और श्री नवीन शर्मा जी समाना ने भगवान श्री कृष्ण जी और उनके जीवन का इतिहास सुनाकर भजनों से श्रद्धालुओं को मंत्रमुग्ध किया, जिसमें बस्सी पठाना और आसपास के इलाकों से संगत शामिल हुई। आम आदमी पार्टी के हल्का विधायक रुपेंद्र सिंह हैप्पी और पूर्व विधायक गुरप्रीत सिंह जीपी विशेष रूप से शामिल हुए। इस आयोजन के दौरान श्रद्धालुओं के लिए भंडारे की व्यवस्था भी की गई। इस मौके पर बोलते हुए विधायक रुपेंद्र सिंह हैप्पी, पूर्व विधायक गुरप्रीत सिंह जीपी, श्री जी कृपा मंडल के अध्यक्ष भारत भूषण शर्मा ने क्या कहा, आइए सुनते हैं। बस्सी पठाना से पारस गौतम की रिपोर्ट। ਸਾਡੇ ਹਲਕਾ ਬੱਸੀ ਪਠਾਣਾ ਦੇ ਸ਼ਹਿਰ ਬੱਸੀ ਪਠਾਣਾ ਵਿਖੇ ਤਕਰੀਬਨ ਧਾਰਮਿਕ ਸਮਾਗਮ ਜਿਹੜੇ ਨੇ ਹੁੰਦੇ ਰਹਿੰਦੇ ਨੇ। ਅੱਜ ਉਸੇ ਦੇ ਤਹਿਤ ਇੱਕ ਜਿਹੜਾ ਸਾਡੇ ਇੱਥੇ ਉਤਸਵ ਮਨਾਇਆ ਜਾ ਰਿਹਾ ਨੌਕਾ ਵਿਹਾਰ ਮਹਾਉਤਸਵ ਜਿਹਨੂੰ ਕਹਿੰਦੇ ਹਾਂ, ਅਤੇ ਹਰਿਆਵਲ ਤੀਜ ਅਤੇ ਪ੍ਰਗਟ ਦਿਵਸ ਜਿਹੜਾ ਅੱਜ ਮਨਾਇਆ ਜਾ ਰਿਹਾ, ਇਹਦੇ ਸੰਬੰਧ 'ਚ ਅਸੀਂ ਗਏ ਸੀ ਉੱਥੇ ਅਗਰਵਾਲ ਧਰਮਸ਼ਾਲਾ ਵਿੱਚ। ਬਹੁਤ ਵਧੀਆ ਜਿਹੜਾ ਸੰਕੀਰਤਨ ਮੰਡਲ ਜਿਹੜਾ ਉਹ ਕੀਰਤਨ ਵੀ ਕਰ ਰਹੇ ਸੀਗੇ ਅਤੇ ਸੰਗਤਾਂ ਨੂੰ ਆਪਣੇ ਕੀਰਤਨ ਦੇ ਨਾਲ ਨਿਹਾਲ ਕਰ ਰਹੇ ਸੀ, ਅਤੇ ਬਹੁਤ ਅੱਛਾ ਜਿਹੜਾ ਲੱਗਦਾ ਧਾਰਮਿਕ ਜਗ੍ਹਾ 'ਤੇ ਜਾ ਕੇ ਭਗਵਾਨ ਜੀ ਦੀ ਗੱਲ ਹੁੰਦੀ ਆ, ਪ੍ਰਭੂ ਦੀ ਗੱਲ ਹੁੰਦੀ ਆ, ਪਰਮਾਤਮਾ ਦੀ ਗੱਲ ਹੁੰਦੀ ਆ। ਸੋ ਇੱਦਾਂ ਦੇ ਪ੍ਰੋਗਰਾਮ ਜਿਹੜੇ ਨੇ ਸਾਡੇ ਬੱਸੀ ਪਠਾਣਾ ਦੀ ਸ਼ਾਨ ਨੇ ਅਤੇ ਬਾਕੀ ਬੱਸੀ ਪਠਾਣਾ ਦੇ ਵਿੱਚ ਹੁੰਦੇ ਵੀ ਰਹਿੰਦੇ ਨੇ। ਸੋ ਮੈਂ ਹਮੇਸ਼ਾ ਕਹਿੰਦਾ ਇੱਕ ਧਾਰਮਿਕ ਸ਼ਹਿਰ ਹੈ ਸਾਡਾ ਬੱਸੀ ਪਠਾਣਾ, ਜਿੱਥੇ ਇੱਦਾਂ ਦੇ ਸਾਨੂੰ ਪ੍ਰੋਗਰਾਮ ਦੇਖਣ ਨੂੰ ਮਿਲਦੇ ਨੇ ਅਤੇ ਸਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਦਾ। ਧਾਰਮਿਕ ਸੰਸਥਾਵਾਂ ਜਾਂਦੇ ਹਾਂ ਚਾਹੇ ਧਾਰਮਿਕ ਪ੍ਰੋਗਰਾਮਾਂ 'ਚ ਜਾਂਦੇ ਹਾਂ, ਸਾਨੂੰ ਜੀਵਨ ਜਾਂਚ ਜਿਹੜੀ ਆ ਉਹ ਸਿੱਖਣ ਨੂੰ ਮਿਲਦੀ ਹੈ ਅਤੇ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਸਿੱਖਣ ਨੂੰ ਮਿਲਦੀ ਹੈ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਸਾਡੇ ਬੱਸੀ ਪਠਾਣਾ ਸ਼ਹਿਰ ਦੇ ਵਿੱਚ ਸਾਰੇ ਲੋਕ ਜਿਹੜੇ ਨੇ ਹਰੇਕ ਤਿਉਹਾਰ ਜਿਹੜਾ ਹਰੇਕ ਤਰ੍ਹਾਂ ਦਾ ਜੋ ਸਮਾਗਮ ਆ ਬੜੇ ਰਲ ਕੇ ਸ਼ਰਧਾ ਭਾਵ ਦੇ ਨਾਲ ਮਨਾਉਂਦੇ।